ਸ਼ਿਕਾਲ ਜੀ ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਮੈਂ ਆਪ ਸਭ ਨਾਲ ਜੱਸੀ ਮਾਨ ਕਹਿੰਦੇ ਆ ਕਿ ਤੁਹਾਡੀ ਸਭ ਤੋਂ ਵਧੀਆ ਵਾਪਸੀ ਉਹ ਹੈ ਜਿਸ ਵਿੱਚ ਤੁਸੀਂ ਖੁਸ਼ ਹੋ ਮਜਬੂਰੀ ਵਸ ਕੀਤੇ ਗਏ ਕੰਮ ਹਮੇਸ਼ਾ ਮਨ ਤੇ ਬੋਝ ਬਣਦੇ ਤੇ ਉਹ ਕੰਮ ਕਦੇ ਵੀ ਨਾ ਕਰੋ ਜੋ ਸਾਡੇ ਮਨ ਤੇ ਬੋਝ ਦੀ ਤਰ੍ਹਾਂ ਰਵੇ ਕਿਉਂਕਿ ਕੰਮ ਤੇ ਹਮੇਸ਼ਾ ਮਨ ਦੀ ਖੁਸ਼ੀ ਲਈ ਕਰਨਾ ਚਾਹੀਦਾ ਹੈ ਜਦੋਂ ਖੁਸ਼ ਰਹਿ ਕੇ ਕੰਮ ਕੀਤਾ ਜਾਵੇ ਤਾਂ ਸਾਡਾ ਅੱਛਾ ਕਰਮ ਵੀ ਬਣ ਜਾਂਦਾ ਹੈ ਨਾ ਇਹ ਸੀ ਅੱਜ ਦਾ ਸ਼ੁਭ ਵਿਚਾਰ ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਾਣਾਂਗੇ ਪੰਚਾਂਗ ਤੇ ਪੰਚਾਂਗ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਇਸ ਤੇ ਚਰਚਾ ਕਰਾਂਗੇ ਪ੍ਰੋਗਰਾਮ ਦੇ ਅਖੀਰ ਵਿੱਚ ਹਮੇਸ਼ਾ ਦੀ ਤਰ੍ਹਾਂ ਵਾਸਤੂ ਟਿੱਪ ਵੀ ਦੱਸਾਂਗੇ ਅੱਜ 6 ਮਈ 2024 ਦਿਨ ਹੈ ਸੋਮਵਾਰ ਦਾ ਤਿਥੀ ਦੀ ਗੱਲ ਕੀਤੀ ਜਾਵੇ ਤਾਂ ਤ੍ਰਿਉਦਸ਼ੀ ਤਿਥੀ ਹੈ ਕ੍ਰਿਸ਼ਨ ਪੱਖ ਦੀ ਯਾਨੀ ਹਨੇਰ ਪੱਖ ਚੱਲ ਰਿਹਾ ਤ੍ਰਿਉਦਸ਼ੀ ਤਿਥੀ ਹੈ ਤੇ ਪ੍ਰੀਤੀ ਯੋਗ ਰਹੇਗਾ ਨਾਲ ਹੀ ਰੇਵਤੀ ਨਕਸ਼ੱਤਰ ਦਾ ਤੀਜਾ ਚਰਨ ਚੱਲ ਰਿਹਾ ਯਾਨੀ ਕਿ ਰੇਵਤੀ ਨਕਸ਼ੱਤਰ ਵਿੱਚ ਚੰਦਰ ਮਹਾਰਾਜ ਜੋ ਨੇ ਇਹ ਬਣੇ ਹੋਏ ਨੇ ਬੁੱਧ ਦਾ ਨਕਸ਼ੱਤਰ ਹੈ ਜੋ ਰੇਵਤੀ ਮੀਨ ਰਾਸ਼ੀ ਵਿੱਚ ਹੈ ਨਾ ਮੀਨ ਰਾਸ਼ੀ ਵਿੱਚ ਚੰਦਰਮਾ ਅੱਜ ਤਕਰੀਬਨ ਸ਼ਾਮ ਨੂੰ 5:43 ਤੱਕ ਰਹਿਣਗੇ ਤੇ ਉਸ ਤੋਂ ਬਾਅਦ ਮੇਸ਼ ਰਾਸ਼ੀ ਵਿੱਚ ਚਲੇ ਜਾਣਗੇ ਭਦਰਾ 2:41 ਤੋਂ ਸ਼ੁਰੂ ਹੋ ਕੇ ਕੱਲ੍ਹ ਸਵੇਰੇ ਤੜਕੇ 25:11 ਯਾਨੀ ਸਵੇਰੇ ਤੜਕੇ ਤੱਕ ਚੱਲੇਗੀ ਪੰਚਕ ਅੱਜ ਸਮਾਪਤ ਹੋ ਜਾਏਗੀ ਜੋ ਕਿ 5 ਦਿਨ ਪਹਿਲਾਂ ਯਾਨੀ ਚੱਲ ਰਹੀ ਸੀ ਤਕਰੀਬਨ ਵੀਰਵਾਰ ਦੀ 2 ਮਈ ਦੀ ਚੱਲ ਰਹੀ ਸੀ ਤੇ ਅੱਜ ਪੰਚਕ ਸਮਾਪਤ ਹੋ ਜਾਣੀ ਹੈ ਸ਼ਾਮ ਨੂੰ 5:43 ਤੇ ਗੁਰੂ ਵੀ ਪੱਛਮ ਦਿਸ਼ਾ 'ਚ ਅੱਜ ਅਸਤ ਹੋ ਜਾਣਗੇ ਗੁਰੂ ਦਾ ਅਸਤ ਹੋਣਾ ਮਤਲਬ ਤੁਸੀਂ ਸਮਝਦੇ ਹੋ ਕਿ ਸੂਰਜ ਦਾ ਅਗਲੇ ਘਰ ਵਿੱਚ ਜਾਣਾ ਜਾਂ ਉਸਦੇ ਆਉਣ ਦਾ ਸੰਕੇਤ ਹੋਣਾ ਸੂਰਜ ਦੀ ਤਪਸ਼ ਨੂੰ ਝੱਲਣਾ ਹਰ ਗ੍ਰਹਿ ਦੇ ਵੱਸ ਨਹੀਂ ਹੈ ਮਤਲਬ ਕੋਈ ਵੀ ਗ੍ਰਹਿ ਜੋ ਸੂਰਜ ਦੇ ਅਧੀਨ ਆਉਂਦਾ ਹੈ ਸੰਗਰਾਂਦ ਤੋਂ ਬਾਅਦ ਸੂਰਜ ਬ੍ਰਿਖ ਰਾਸ਼ੀ ਵਿੱਚ ਆ ਰਿਹਾ ਬ੍ਰਹਿਸਪਤ ਨਾਲ ਫਿਰ ਤੋਂ ਜੁੱਤੀ ਬਣਾ ਰਿਹਾ ਤਾਂ ਇਸ ਕਰਕੇ ਬ੍ਰਹਿਸਪਤ ਅੱਜ ਸ਼ਾਮ ਨੂੰ ਅਸਤ ਹੋ ਜਾਣਗੇ ਤੇ ਨਾਲ ਗ੍ਰਹਿਆਂ ਦੇ ਮੁਤਾਬਕ ਮੰਗਲ ਬੁੱਧ ਤੇ ਚੰਦਰ ਰਾਹੂ ਦਾ ਯੋਗ ਅੱਜ ਵੀ ਬਣੇਗਾ ਸ਼ਨੀ ਆਪਣੀ ਰਾਸ਼ੀ ਵਿੱਚ ਕੁੰਭ ਰਾਸ਼ੀ ਵਿੱਚ ਤੀਸਰੀ ਦ੍ਰਿਸ਼ਟੀ ਨਾਲ ਦੇਖ ਰਹੇ ਨੇ ਕਿਹਨੂੰ ਸੂਰਜ ਨੂੰ ਤੇ ਸ਼ੁੱਕਰ ਵੀ ਮੇਸ਼ ਰਾਸ਼ੀ ਵਿੱਚ ਚੱਲ ਰਿਹਾ ਸੂਰਜ ਦੇ ਨਾਲ ਹੀ ਤੇ ਆਪਾਂ ਜਾਣਦੇ ਹਾਂ ਜੋ ਬ੍ਰਹਿਸਪਤ ਹੈ ਯਾਨੀ ਗੁਰੂ ਹੈ ਉਹ ਬ੍ਰਿਖ ਰਾਸ਼ੀ ਵਿੱਚ ਆ ਚੁੱਕੇ ਨੇ 1 ਮਈ ਤੋਂ ਤੇ ਕੇਤੂ ਚੱਲ ਰਹੇ ਨੇ ਹਜੇ ਲੰਬਾ ਸਮਾਂ ਚੱਲਣਗੇ ਕੰਨਿਆ ਰਾਸ਼ੀ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਈਏ ਅੱਜ ਰਾਹੂ ਕਾਲ ਦਾ ਟਾਈਮ ਤਕਰੀਬਨ 7:30 ਤੋਂ ਲੈ ਕੇ 9 ਵਜੇ ਤੱਕ ਰਹੇਗਾ ਚੱਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਸ਼ੁਭ ਕੰਮ ਕਰਨਾ ਹੋਵੇ ਕੋਈ ਸ਼ਗਨ ਵਗੈਰਾ ਕਰਨਾ ਹੋਵੇ ਤਾਂ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਪਹਿਲਾਂ ਚੱਲਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵਹਿਮ ਵਾਲੀ ਗੱਲ ਹੈ ਨਹੀਂ ਇਹ ਸੀ ਜੀ ਪੰਚਾਂਗ ਦੇ ਨਾਲ ਹੀ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਨ ਹੈ ਸ਼ਾਦੀ ਦੀ ਸਾਲਗਿਰਾ ਹੈ ਸ਼ੁਭ ਦਿਨ ਹੈ ਤੁਹਾਡੇ ਲਈ ਤੇ ਤੁਸੀਂ ਹੋਰ ਸ਼ੁਭ ਬਣਾਉਣਾ ਚਾਹੁੰਦੇ ਹੋ ਤੇ ਸ਼ੁਭ ਉਦੋਂ ਹੀ ਬਣਦਾ ਤੇ ਜਦੋਂ ਸਾਨੂੰ ਲੱਗੇ ਕਿ ਸਾਡੇ ਤੋਂ ਵਧੀਆ ਕੋਈ ਨਹੀਂ ਤੇ ਸਾਡੇ ਤੋਂ ਖੁਸ਼ ਕੋਈ ਨਹੀਂ ਤੇ ਅਸੀਂ ਆਪਣਿਆਂ ਨੂੰ ਜਾਂ ਕਿਸੇ ਨੂੰ ਵੀ ਕੋਈ ਦੁੱਖ ਦਿੱਤਾ ਨਹੀਂ ਹੈ ਮਨ ਦੇ ਉੱਤੇ ਬੋਝ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹਰ ਦੁੱਖ ਨੂੰ ਡਬਲ ਕਰ ਦਿੰਦਾ ਹੈ ਤੇ ਨਾਲ ਖੁਸ਼ੀ ਨੂੰ ਦੁੱਗਣਾ ਵੀ ਕਰਦਾ ਜਦੋਂ ਮਨ ਤੋਂ ਕਿਸੇ ਦੀ ਮਦਦ ਕੀਤੀ ਜਾਵੇ ਤਾਂ ਚਲੋ ਅਗਰ ਕੁਦਰਤ ਨੇ ਤੁਹਾਨੂੰ ਇਜਾਜ਼ਤ ਦਿੱਤੀ ਹੈ ਮਤਲਬ ਕਾਫੀ ਸਾਰੀ ਜੇਬ ਹੈਵੀ ਹੈ ਤਾਂ ਉਹ ਜੇਬ ਜੋ ਹੈ ਆਪਣਿਆਂ ਦੇ ਲਈ ਆਪਣਿਆਂ ਦੀ ਮਦਦ ਲਈ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਣਿਆਂ ਦੀ ਮਦਦ ਕਰੋ ਤੇ ਉਸ ਤੋਂ ਬਾਅਦ ਆਪਣੇ ਘਰ ਤੋਂ ਬਾਹਰ ਨਿਕਲ ਕੇ ਤੁਸੀਂ ਸਮਾਜ ਸੇਵਾ ਜਿਵੇਂ ਚਾਹੋ ਕਰ ਸਕਦੇ ਜਿਨ੍ਹਾਂ ਦਾ ਵੀ ਅੱਜ ਜਨਮ ਦਿਨ ਹੈ ਸ਼ਾਦੀ ਦੀ ਸਾਲਗਿਰਾ ਹੈ ਸਭ ਤੋਂ ਪਹਿਲਾਂ ਮਾਤਾ ਪਿਤਾ ਦੇ ਪੈਰੀਂ ਹੱਥ ਲਗਾਓ ਤੇ ਉਸ ਤੋਂ ਬਾਅਦ ਜ਼ਰੂਰਤਮੰਦ ਦੀ ਮਦਦ ਕਰੋ ਕਿਸੇ ਪੜ੍ਹਨ ਵਾਲੇ ਬੱਚੇ ਦੀ ਮਦਦ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਆ ਗ੍ਰਹਿਆਂ ਦੇ ਮੁਤਾਬਕ ਜੀ ਬੁੱਧ ਦਾ ਨਕਸ਼ੱਤਰ ਹੈ ਕਿਤਾਬਾਂ ਦੇ ਸਕਦੇ ਹੋ ਬੈਗ ਦੇ ਸਕਦੇ ਹੋ ਜੁੱਤੇ ਲੈ ਕੇ ਦੇ ਸਕਦੇ ਹੋ ਕਿਸੇ ਬੱਚੇ ਦੀ ਫੀਸ ਦੇ ਸਕਦੇ ਹੋ ਪੂਰਾ ਸਾਲ ਦੇ ਸਕਦੇ ਹੋ ਅਗਰ ਜ਼ਿਆਦਾ ਹੈ
ਤਾਂ ਉਹਨਾਂ ਦੀ ਮਦਦ ਕਰੋ ਜੋ ਨਹੀਂ ਕਰ ਸਕਦੇ, ਤਾਂ ਉਹਨੂੰ ਕੀ ਦੇਣਾ ਜੋ ਸਾਰੀ ਦੁਨੀਆ ਨੂੰ ਦਿੰਦਾ, ਤੁਸੀਂ ਸਮਝਦਾਰ। ਅਤੇ ਚਲੋ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਹੈ ਰਾਜਧਾਨੀ ਮੇਸ਼ ਰਾਸ਼ੀ ਵਾਲਿਆਂ ਦੇ ਸਿਤਾਰਿਆਂ ਦੇ ਹਿਸਾਬ ਨਾਲ ਚੰਦਰਮਨ ਦਾ ਕਾਰਕ ਤੁਹਾਡੀ ਰਾਸ਼ੀ ਦਾ ਮਾਲਕ ਮੰਗਲ ਜੋ ਬਿਰਾਜਮਾਨ ਹੈ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ 'ਤੇ, ਅਤੇ 12ਵਾਂ ਸਥਾਨ ਤੁਸੀਂ ਜਾਣਦੇ ਹੋ ਖਰਚਿਆਂ ਦਾ ਹੈ, ਤਾਂ ਥੋੜ੍ਹਾ ਖਰਚਿਆਂ 'ਤੇ ਕੰਟਰੋਲ ਰੱਖੋ ਮੇਸ਼ ਰਾਸ਼ੀ ਵਾਲੇ, ਨਹੀਂ ਤਾਂ ਖਰਚਿਆਂ ਨੂੰ ਲੈ ਕੇ ਪੈਸੇ ਨੂੰ ਲੈ ਕੇ ਥੋੜ੍ਹੀ ਪਰੇਸ਼ਾਨੀ ਤੁਹਾਡੀ ਵਧਣ ਵਾਲੀ ਹੈ, ਜਿਸ ਕਰਕੇ ਪਰੇਸ਼ਾਨੀ ਭਾਵੇਂ ਆਰਥਿਕ ਹੋਵੇ ਭਾਵੇਂ ਘਰੇਲੂ ਹੋਵੇ, ਮਾਨਸਿਕ ਤੌਰ 'ਤੇ ਪਰੇਸ਼ਾਨੀ ਦੇ ਜਾਂਦੀ ਹੈ। ਕਾਲਾ ਨੀਲਾ ਰੰਗ ਅੱਜ ਪਾਉਣਾ ਨਹੀਂ ਹੈ, ਚੰਦਰਮਾ ਸ਼ਾਮ ਤੱਕ 12ਵੇਂ ਸਥਾਨ ਵਿੱਚ ਹੈ, ਇਸ ਕਰਕੇ ਥੋੜ੍ਹੀ ਮਾਨਸਿਕ ਕਲਪਾਹਟ ਤੋਂ ਬਚਣ ਲਈ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨਾ, ਮਾਂ ਦੇ ਪੈਰੀਂ ਹੱਥ ਲਗਾਉਣਾ ਦਿਨ ਨੂੰ ਸ਼ੁੱਭ ਹੀ ਬਣਾਏਗਾ। ਨਾਲ ਹੀ ਅੱਜ ਦੇ ਦਿਨ ਸ਼ੁੱਭ ਨੰਬਰ ਤੁਹਾਡਾ ਰਹੇਗਾ 3 ਨੰਬਰ, ਅਤੇ ਜੋ ਸ਼ੁੱਭ ਤੁਸੀਂ ਰੰਗ ਪਹਿਨ ਸਕਦੇ ਹੋ ਹੈ ਬਰਾਊਨ ਕਲਰ। ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਬੁੱਧ ਦਾ ਨਕਸ਼ੱਤਰ ਮਿੱਤਰ ਹੈ, ਤੁਹਾਡੇ ਧਨ ਦਾ ਮਾਲਕ ਹੈ, ਤੁਹਾਡੀ ਜੋ ਐਨਰਜੀ ਹੈ ਉਸਨੂੰ ਅੱਛਾ ਕਰ ਰਿਹਾ, ਦਿਮਾਗ ਤੋਂ ਸੋਚ ਕੇ ਅੱਗੇ ਵਧਣ ਦੇ ਲਈ ਜੋ ਤੁਸੀਂ ਪਲੈਨਿੰਗ ਬਣਾ ਰਹੇ ਹੋ ਉਸਦੇ ਲਈ ਵੀ ਸਿਤਾਰੇ ਤੁਹਾਡਾ ਪੂਰਾ ਪੂਰਾ ਸਾਥ ਦੇ ਰਹੇ ਨੇ। ਚੰਦਰ 12ਵੇਂ ਸਥਾਨ ਵਿੱਚ ਜਾਏਗਾ ਸ਼ਾਮ ਨੂੰ, ਅਤੇ ਉਸ ਤੋਂ ਬਾਅਦ ਅਚਾਨਕ ਪਏ ਹੋਏ ਖਰਚੇ ਜੋ ਨੇ ਉਹ ਤੁਹਾਨੂੰ ਵੀ ਪਰੇਸ਼ਾਨ ਕਰ ਸਕਦੇ ਆ, ਪਰ ਕਿਉਂਕਿ ਬ੍ਰਹਿਸਪਤ ਲਗਨ ਵਿੱਚ ਹੈ ਇਸ ਲਈ ਸਹਿਜਤਾ ਨਾਲ ਤੁਸੀਂ ਹਰ ਡੀਲ ਹਰ ਕੰਮ ਸੰਭਾਲ ਹੀ ਰਹੋਗੇ, ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ। ਸ਼ੁੱਕਰ ਦੀ ਸ਼ੁੱਭਤਾ ਨੂੰ ਸ਼ੁੱਭ ਕਰਨ ਦੇ ਲਈ, ਮਤਲਬ ਸ਼ੁੱਕਰ ਦੀ ਪਾਵਰ ਹੋਰ ਵਧਾਉਣ ਦੇ ਲਈ, ਅਤੇ ਨਾਲ ਨਕਸ਼ੱਤਰ ਦੀ ਐਨਰਜੀ ਸ਼ੁੱਭ ਮਿਲੇ ਤੁਹਾਨੂੰ, ਤਾਂ ਤੁਸੀਂ ਕੀ ਕਰਨਾ ਹੈ ਹਰੀ ਮੂੰਗੀ ਪੰਛੀਆਂ ਨੂੰ ਪਾ ਦੇਣੀ ਹੈ ਜਾਂ ਲੰਗਰ 'ਚ ਵੀ ਦੇ ਸਕਦੇ ਹੋ। ਸ਼ੁੱਭ ਰੰਗ ਅੱਜ ਕਰੀਮ ਰਹੇਗਾ, ਸ਼ੁੱਭ ਨੰਬਰ ਰਹੇਗਾ ਜੀ 5 ਨੰਬਰ। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਬੁੱਧ ਜੋ ਹੈ ਰਾਹੂ ਨਾਲ ਜੁੱਤੀ ਬਣਾ ਕੇ ਚੱਲ ਰਿਹਾ, ਉਹ ਵੀ ਨੀਚ ਦਾ, ਚੰਦਰ ਸ਼ਾਮ ਤੱਕ ਨਾਲ ਹੈ, ਅਤੇ ਮੰਗਲ ਜੋ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਤੁਹਾਨੂੰ ਜੋ ਹੈ ਪਾਵਰ ਦੇ ਰਿਹਾ ਹੈ, ਮਤਲਬ ਭੱਜ ਨੱਠ ਕਰਵਾ ਰਿਹਾ, ਪਰ ਰਿਜ਼ਲਟ ਹਜੇ ਹੱਥ ਇਸ ਕਰਕੇ ਨਹੀਂ ਪੈ ਰਿਹਾ ਕਿਉਂਕਿ ਮਾਨਸਿਕ ਪਰੇਸ਼ਾਨੀ ਮੰਗਲ ਐਂਟੀ ਗ੍ਰਹਿ ਹੋਣ ਕਰਕੇ ਤੁਹਾਨੂੰ ਕੋਈ ਨਹੀਂ। ਤਾਂ ਕੀ ਕਰਨਾ ਜੀ, ਅੱਜ ਨਕਸ਼ੱਤਰ ਮਿੱਤਰ ਹੈ ਬੁੱਧ ਦੀ ਪਾਵਰ ਨੂੰ ਵਧਾਓ, ਤੁਸੀਂ ਤੁਲਸੀ ਦੇ ਪੱਤੇ ਦਾ ਸੇਵਨ ਕਰੋ, ਹਰਾ ਰੰਗ ਪਹਿਨੋ, ਅਤੇ ਨਾਲ ਹੀ ਸਵੇਰੇ ਉੱਠ ਕੇ ਜੋ ਹੈ ਆਪਣੇ ਈਸਟ ਨੂੰ ਪੀਲੇ ਫੁੱਲ ਚੜਾ ਦਿਓ, ਜਿਸ ਦੇ ਨਾਲ ਮੰਗਲ ਰਾਹੂ ਦੀ ਜੁੱਤੀ ਸ਼ਾਂਤ ਹੋ ਜਾਏਗੀ। ਜੌਂ ਦੁੱਧ ਜਲ ਪ੍ਰਭਾਵੀ ਕਰ ਸਕਦੇ ਹੋ, ਪ੍ਰੋਪਰਟੀ ਨਾਲ ਰੁਕੇ ਹੋਏ ਪ੍ਰੋਪਰਟੀ ਦੇ ਮਸਲੇ ਕੋਈ ਪਰੇਸ਼ਾਨੀ ਕੋਰਟ ਕੇਸ ਤੋਂ ਵੀ ਨਿਜ਼ਾਤ ਲਈ ਸ਼ਾਂਤੀ ਲਈ ਚੰਗੀ ਖਬਰ ਲਈ ਇਹ ਉਪਾਅ ਤੁਹਾਡੇ ਲਈ ਪੂਰੀ ਤਰ੍ਹਾਂ ਨਾਲ ਸਹੀ ਸਾਬਤ ਹੋਵੇਗਾ। ਨਾਲ ਹੀ ਅੱਜ ਦੇ ਦਿਨ ਸ਼ੁੱਭ ਨੰਬਰ ਤੁਹਾਡਾ 7 ਰਹੇਗਾ। ਕੈਂਸਰ ਯਾਨੀ ਕਰਕ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਕਰਕ ਰਾਸ਼ੀ ਵਾਲਿਆਂ ਦੇ ਲਈ ਜੋ ਬੁੱਧ ਦਾ ਨਕਸ਼ੱਤਰ ਹੈ ਉਹ ਮਿੱਤਰ ਨਹੀਂ ਹੈ, ਗੰਢਮੂਲ ਬਣੇ ਹੋਏ ਨੇ, ਪਰੇਸ਼ਾਨੀ ਜੋ ਹੈ ਮਾਨਸਿਕ ਤੌਰ 'ਤੇ ਵੱਧ ਸਕਦੀ ਹੈ, ਅਤੇ ਨਾਲ ਕਿਸੇ ਦੀਆਂ ਗੱਲਾਂ ਕਹੀਆਂ ਹੋਈਆਂ ਦਿਮਾਗ 'ਤੇ ਹਾਵੀ ਜੀਆਂ ਰਹਿਣਗੀਆਂ ਚੰਦਰ ਰਾਹੂ ਦੇ ਗ੍ਰਹਿਣ ਯੋਗ ਕਰਕੇ। ਧਾਰਮਿਕ ਸਥਾਨ 'ਤੇ ਜਾਣਾ, ਮੱਥਾ ਟੇਕਣਾ, ਜੋ ਥੋੜ੍ਹੀ ਦੇਰ ਲਈ ਮੈਡੀਟੇਸ਼ਨ ਕਰਨਾ ਬ੍ਰਹਿਸਪਤ ਦੀ ਐਨਰਜੀ ਨੂੰ ਵੀ ਸ਼ੁੱਭ ਕਰੇਗਾ। ਮਾਤਾ ਪਿਤਾ ਨਾਲ ਬਹਿਸਬਾਜ਼ੀ ਅੱਜ ਬਿਲਕੁਲ ਨਾ ਕਰੋ, ਅਗਰ ਕਿਤੇ ਪਾਣੀ ਦੇ ਉੱਪਰ 'ਚ ਨਾ ਜਾ ਰਹੇ ਹੋ ਜਾਂ ਕੋਲੇ ਘਰ ਦੇ ਕੋਲ ਪਾਣੀ ਚੱਲਦਾ ਹੈ ਤਾਂ ਥੋੜ੍ਹੇ ਜਿਹੇ ਚੌਲ ਦੁੱਧ ਜਲ ਪ੍ਰਵਾਹ ਕਰਕੇ ਆਓ, ਮਾਨਸਿਕ ਸਥਿਤੀ ਅੱਛੀ ਹੋਏਗੀ, ਜਿਸ ਦੇ ਨਾਲ ਕੰਮ ਕਰਨ ਨੂੰ ਵੀ ਜੀ ਕਰੇਗਾ ਅਤੇ ਲੇਜ਼ੀਪਨ ਵੀ ਘਟੇਗਾ। ਸ਼ੁੱਭ ਰੰਗ ਤੁਹਾਡਾ ਰਹੇਗਾ ਜੀ ਰੈੱਡ ਜਾਂ ਕੇਸਰੀ ਕਲਰ, ਅਤੇ ਸ਼ੁੱਭ ਨੰਬਰ ਰਹੇਗਾ 9 ਨੰਬਰ। ਅਗਲੀ ਰਾਸ਼ੀ ਲੀਓ ਯਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਸੂਰਜ ਦੀ ਸਥਿਤੀ ਬਹੁਤ ਅੱਛੀ ਹੈ, ਪਰ ਇੱਕ ਐਂਟੀ ਗ੍ਰਹਿ ਸ਼ੁੱਕਰ ਜੋ ਮਿੱਤਰ ਨਾ ਹੋਣ ਕਰਕੇ ਥੋੜ੍ਹੀ ਸਕਿਨ ਪ੍ਰੋਬਲਮ ਦੇ ਰਿਹਾ, ਅਤੇ ਗੁੱਸਾ ਵੀ ਕੁਛ ਜ਼ਿਆਦਾ ਹੀ ਸਿਹਤ 'ਤੇ ਹਾਵੀ ਹੋ ਰਿਹਾ।
ਤਾਂ ਕੀ ਕਰਨਾ ਜੇ ਤੁਸੀਂ ਆਪਣੇ ਸੂਰਜ ਆਪਣੇ ਲਗਨ ਦੇ ਮਾਲਕ ਨੂੰ ਸ਼ੁਭ ਕਰਨਾ ਸ਼ਾਮ ਤੱਕ ਥੋੜਾ ਮਨ ਬੇਚੈਨ ਡਿਸੀਜਨ ਲੈਣ ਵਿੱਚ ਪ੍ਰੋਬਲਮ ਚੰਦਰ ਰਾਹੂ ਦਾ ਗ੍ਰਹਿਣ ਯੋਗ ਅੱਠਵੇਂ ਸਥਾਨ ਵਿੱਚ ਹੋਣ ਕਰਕੇ ਹੋ ਸਕਦੀ ਹੈ ਪਰ ਪੈਸੇ ਦਾ ਲੈਣ ਦੇਣ ਹੋ ਜਾਏਗਾ ਰੁਕਿਆ ਹੋਇਆ ਪੈਸਾ ਮਿਲ ਜਾਏਗਾ ਬਿਜ਼ਨਸ ਵਿੱਚ ਨਵੀਂ ਡੀਲ ਹੋਏਗੀ ਅੱਛੇ ਲੋਕਾਂ ਨਾਲ ਸੰਬੰਧ ਵਧਣਗੇ ਬੁੱਧ ਦੀ ਐਨਰਜੀ ਜੋ ਤੁਹਾਡੇ ਜਿਸ ਦਾ ਨਕਸ਼ੱਤਰ ਚੱਲ ਰਿਹਾ ਉਹ ਜੋ ਹੈ ਇਨਕਮ ਤੇ ਧਨ ਤੇ ਜੋਲ ਜਿਵੇਂ ਘਰੇਲੂ ਸੀ ਉਹਨਾਂ ਵਿੱਚ ਵੀ ਹੌਲੀ ਹੌਲੀ ਸ਼ਾਂਤੀ ਹੁੰਦੀ ਜਾਏਗੀ ਸੂਰਜ ਦੀ ਐਨਰਜੀ ਨੂੰ ਸ਼ੁਭ ਕਰਨ ਦੇ ਲਈ ਗੁੜ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਜਾਂ ਗਾਂ ਨੂੰ ਵੀ ਗੁੜ ਖਿਲਾ ਸਕਦੇ ਹੋ ਸ਼ੁਭ ਰੰਗ ਰਹੇਗਾ ਜੀ ਅੱਜ ਦੇ ਦਿਨ ਤੁਹਾਡਾ ਜਾਮਨੀ ਕਲਰ ਤੇ ਸ਼ੁਭ ਨੰਬਰ ਰਹਿਣ ਵਾਲਾ ਹੈ 2 ਨੰਬਰ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਲੀ ਬੁੱਧ ਜੋ ਹੈ ਬਿਲਕੁਲ ਸਾਹਮਣੇ 7ਵੇਂ ਸਥਾਨ ਵਿੱਚ ਬਿਜ਼ਨਸ ਕੰਮ ਕਰ ਲਈ ਨਵੀਂ ਡੀਲ ਲਈ ਕਿਸੇ ਪੇਪਰ ਸਾਈਨ ਕਰਨ ਲਈ ਤੁਹਾਡੇ ਵੀ ਸਿਤਾਰੇ ਸ਼ੁਭ ਚੱਲਦੇ ਪਏ ਆ ਚੰਦਰ ਜੋ ਹੈ ਰਾਹੂ ਨਾਲ ਹੈ ਭਾਵੇਂ ਪਰ 7ਵੇਂ ਸਥਾਨ ਵਿੱਚ ਅੱਛਾ ਧਨ ਅੱਛੀ ਇਨਕਮ ਵਿਦੇਸ਼ ਤੋਂ ਪੈਸਾ ਦਵਾ ਸਕਦਾ ਹੈ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਕੱਚ ਦਾ ਗਲਾਸ ਅੱਜ ਵੀ ਨਾ ਵਰਤੋ ਤੇ ਕੇਤੂ ਦੀ ਐਨਰਜੀ ਨੂੰ ਸ਼ੁਭ ਕਰਨ ਲਈ ਕੁੱਤੇ ਨੂੰ ਰੋਟੀ ਵੀ ਪਾ ਦਿਓ ਦਿਨ ਵੀ ਬੈਸਟ ਹੋ ਜਾਏਗਾ ਤੇ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚ ਜਾਓਗੇ ਸ਼ੁਭ ਰੰਗ ਤੁਹਾਡਾ ਪਿਸਤਾ ਰਹੇਗਾ ਤੇ ਸ਼ੁਭ ਨੰਬਰ ਤੁਹਾਡਾ 6 ਨੰਬਰ ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਦੇ ਚੱਲਦੇ ਹੋਏ ਸਿਤਾਰੇ ਜੋ ਨੇ ਜੀ ਤੁਲਾ ਰਾਸ਼ੀ ਵਾਲਿਆਂ ਦਾ ਮਾਲਕ ਸ਼ੁੱਕਰ ਭਾਵੇਂ ਆਪਣੇ ਘਰ ਆਪਣੇ ਗ੍ਰਹਿ ਕੋਈ ਵੀ ਗ੍ਰਹਿ ਜਦੋਂ ਆਪਣੀ ਰਾਸ਼ੀ ਨੂੰ ਦੇਖਦਾ ਹੈ ਤਾਂ ਉਸਨੂੰ ਸ਼ੁਭ ਫਲ ਦਿੰਦਾ ਹੈ ਭਾਵੇਂ ਇੱਥੇ ਬੈਠਾ ਹੋਇਆ ਸੂਰਜ ਤੁਹਾਨੂੰ ਇਰੀਟੇਸ਼ਨ ਗੁੱਸਾ ਵਾਧੂ ਦੇ ਰਿਹਾ ਹੈ ਗੱਲ ਗੱਲ ਤੇ ਖਿਜਣ ਨਾਲ ਘਰ ਦਾ ਮਾਹੌਲ ਖਰਾਬ ਹੋ ਜਾਏਗਾ ਬਾਹਰਲੀਆਂ ਪਰੇਸ਼ਾਨੀਆਂ ਬਾਹਰਲੀਆਂ ਗੱਲਾਂ ਜਾਂ ਉਹ ਗੱਲਾਂ ਜੋ ਤੁਹਾਨੂੰ ਨੈਗੇਟਿਵ ਕਰਦੀਆਂ ਨੇ ਉਹਨਾਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੋ ਅਤੇ ਉਹਨਾਂ ਲੋਕਾਂ ਤੋਂ ਵੀ ਦੂਰੀ ਬਣਾ ਕੇ ਰੱਖੋ ਪੈਸੇ ਵਿਰੋਧੀਆਂ ਨੂੰ ਹਲਕੇ ਵਿੱਚ ਤੁਹਾਨੂੰ ਨਹੀਂ ਲੈਣਾ ਚਾਹੀਦਾ ਸ਼ੁੱਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਗਾਂ ਨੂੰ ਰੋਟੀ ਪਾਓ ਹਲਕਾ ਜਿਹਾ ਦੇਸੀ ਘਿਓ ਲਾ ਕੇ ਅਤੇ ਨਾਲ ਤੁਸੀਂ ਅੱਜ ਵਾਈਟ ਜਾਂ ਕਰੀਮ ਕਲਰ ਪਹਿਨ ਸਕਦੇ ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲੇ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਚੱਲ ਰਹੇ ਨੇ ਮੰਗਲ ਰਾਹੂ ਦੀ ਜੁਤੀ ਕਰਕੇ ਥੋੜ੍ਹੀ ਜਿਹੀ ਪੇਟ ਦੀ ਪ੍ਰੋਬਲਮ ਤੁਹਾਨੂੰ ਕਾਫੀ ਦੇਰ ਤੋਂ ਪਰੇਸ਼ਾਨ ਕਰ ਰਹੀ ਹੈ ਅੱਜ ਨਕਸ਼ੱਤਰ ਵੀ ਬੁੱਧ ਦਾ ਹੈ ਤਾਂ ਇਸ ਕਰਕੇ ਕੋਈ ਨਾ ਕੋਈ ਗੱਲ ਕਰ ਜਾਏਗੀ ਦਿਮਾਗ 'ਤੇ ਜ਼ਿਆਦਾ ਪ੍ਰੋਫਿਟ ਲਈ ਕੀਤੇ ਕੰਮ ਜੋ ਨੇ ਉਹ ਵੀ ਓਨਾ ਅੱਛਾ ਰਿਜ਼ਲਟ ਨਹੀਂ ਦੇ ਰਹੇ ਜਿੰਨੀ ਤੁਸੀਂ ਉਮੀਦ ਕਰ ਰਹੇ ਹੋ ਜਿੰਨੀ ਬੱਜ ਨੱਟ ਕਰ ਰਹੇ ਹੋ ਜਿੰਨਾ ਕੰਮ ਕਰ ਰਹੇ ਯਾਨੀ ਦੁਕਾਨਦਾਰੀ ਦਾ ਕੰਮ ਕਰਨ ਵਾਲਿਆਂ ਦੇ ਸਿਤਾਰੇ ਠੀਕ ਨੇ ਪੂਰੀ ਤਰ੍ਹਾਂ ਨਾਲ ਪਹਿਲਾਂ ਦੀ ਤਰ੍ਹਾਂ ਚੱਲਦੇ ਹੋਏ ਕੰਮ ਉੱਦਾਂ ਹੀ ਚੱਲਣਗੇ ਪਰ ਜ਼ਿਆਦਾ ਪ੍ਰੋਫਿਟ ਲਈ ਕੀਤੀ ਭੱਜ ਨੱਟ ਅੱਜ ਜ਼ਿਆਦਾ ਰਿਜ਼ਲਟ ਨਾ ਦੇਣ ਕਰਕੇ ਥੋੜ੍ਹੀ ਪਰੇਸ਼ਾਨੀ ਰਹਿ ਸਕਦੀ ਹੈ ਮਾਨਸਿਕ ਤੌਰ 'ਤੇ ਤਾਂ ਕੀ ਕਰਨਾ ਬੁੱਧ ਨੂੰ ਸਹੀ ਕਰਨ ਲਈ ਤੁਸੀਂ ਇੱਕ ਤਾਂ ਆਪਣੀ ਭਾਈ ਭੈਣ ਦੀ ਸਲਾਹ ਨਾਲ ਚੱਲਣਾ ਹੈ ਅਤੇ ਦੂਜਾ ਜੋ ਸ਼ੁਭ ਸ਼ੁਭ ਬੋਲਣਾ ਚੰਗਾ ਚੰਗਾ ਬੋਲਣਾ ਅਤੇ ਸਤਨਾ ਜਾਂ ਪੰਛੀਆਂ ਨੂੰ ਪਾ ਦੇਣਾ ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਸਿਤਾਰਿਆਂ ਦੀ ਗੱਲ ਕਰੀਏ ਆਪਾਂ ਤਾਂ ਬ੍ਰਹਿਸਪਤ ਜੋ ਹੈ 6ਵੇਂ ਸਥਾਨ ਵਿੱਚ ਚਲਾ ਗਿਆ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਰੋਗ ਬਿਮਾਰੀ ਦੀ ਚਿੰਤਾ ਥੋੜ੍ਹੀ ਵੱਧ ਰਹੀ ਹੈ ਨਾਲ ਹੀ ਪਰੇਸ਼ਾਨੀ ਥੋੜ੍ਹੀ ਹਾਜ਼ਮੇ ਦੀ ਤੁਹਾਨੂੰ ਵੀ ਤੰਗ ਕਰ ਰਹੀ ਹੈ ਜੋ ਕਿ ਮੰਗਲ ਰਾਹੂ ਦੀ ਜੁਤੀ ਕਰਕੇ ਜੋ ਟੈਂਪਰੇਰੀ ਤੌਰ 'ਤੇ ਮੰਗਲੀਕ ਯੋਗ ਬਣ ਰਿਹਾ ਤਾਂ ਸ਼ੁਭ ਕੀ ਰਹੇਗਾ ਕਿ ਮਾਤਾ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਨਕਸ਼ੱਤਰ ਭਾਵੇਂ ਮਿੱਤਰ ਨਹੀਂ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਰਸੋਈ ਵਿੱਚ ਖਾਣਾ ਖਾਣ 'ਤੇ ਮੰਗਲ ਰਾਹੂ ਦੀ ਜੁਤੀ ਦਾ ਸ਼ੁਭ ਪ੍ਰਭਾਵ ਮਿਲੇਗਾ ਅਤੇ ਨਾਲ ਹੀ ਅੱਜ ਦੇ ਦਿਨ ਅਗਰ ਤੁਸੀਂ ਹਲਕਾ ਜਿਹਾ ਸਕਾਈ ਬਲੂ ਕਲਰ ਪਹਿਨਦੇ ਹੋ ਤਾਂ ਉਸਦੇ ਲਈ ਵੀ ਐਨਰਜੀ ਸ਼ੁਭ ਕਰੇਗਾ ਚੰਦਰ ਰਾਹੂ ਦਾ ਗ੍ਰਹਿਣ ਯੋਗ ਨਾਲ ਹੀ ਅੱਜ ਦੇ ਦਿਨ ਸ਼ੁਭ ਨੰਬਰ ਤੁਹਾਡਾ ਰਹੇਗਾ 4 ਨੰਬਰ ਅਗਲੀ ਰਾਸ਼ੀ ਕੈਪਰੀਕੋਨ ਯਾਨੀ ਮਕਰ ਰਾਸ਼ੀ ਸ਼ਨੀ ਦਾ ਦੂਸਰੇ ਸਥਾਨ ਵਿੱਚ ਬੈਠਣਾ ਧਨ ਸਥਾਨ ਵਿੱਚ ਬੈਠਣਾ ਧਨ ਦੀ ਸਥਿਤੀ ਝੂਲੇ ਦੀ ਤਰ੍ਹਾਂ ਚੱਲਦੀ ਹੈ ਕਦੇ ਅੱਪ ਅਤੇ ਕਦੇ ਡਾਊਨ ਕਦੇ ਲੱਗਦਾ ਬਹੁਤ ਹੀ ਵਧੀਆ ਅਤੇ ਕਦੇ ਲੱਗਦਾ ਕਿ ਕੁਝ ਵੀ ਨਹੀਂ ਹੈ ਬਸ ਇਸ ਦੀਆਂ ਸਥਿਤੀਆਂ
ਸ਼ਨੀ ਦਾ ਧਨ ਸਥਾਨ ਵਿੱਚ ਬੈਠਣ ਕਰਕੇ ਹੈ। ਨਾਲ ਹੀ ਚੰਦਰ ਰਾਹੂ ਦਾ ਗ੍ਰਹਿਣ ਯੋਗ ਤੀਸਰੇ ਸਥਾਨ ਵਿੱਚ ਹੋਣ ਕਰਕੇ ਥੋੜਾ ਸਿਹਤ ਦਾ ਸਾਥ ਨਾ ਮਿਲਣਾ, ਸਰਕਲ ਤੇ ਵਹਿਮ ਸ਼ੱਕ ਜਾਂ ਥੋੜਾ ਅਨਬੈਲੈਂਸ ਸਥਿਤੀਆਂ ਰਹਿਣ ਕਰਕੇ ਥੋੜੀ ਘਰੇਲੂ ਮਾਹੌਲ ਵੀ ਖਰਾਬ, ਜਿਸ ਕਰਕੇ ਚਲੋ ਚੰਦਰ ਰਾਹੂ ਦਾ ਗ੍ਰਹਿਣ ਯੋਗ ਵੈਸੇ ਠੀਕ ਹੋ ਜਾਣਾ ਹੈ। ਬੁੱਧ ਜੋ ਹੈ ਤੁਹਾਡੇ ਨੌਵੇਂ ਖਾਨੇ ਦਾ ਮਾਲਕ ਹੈ, ਇਸਨੂੰ ਸਹੀ ਕਰੋ। ਤੁਸੀਂ ਸਭ ਸਹੀ ਕਰਨ ਦੇ ਲਈ ਦਿੱਖ ਦਾ ਦੁੱਧ ਮੱਥੇ ਤੇ ਲਾਓ, ਹਲਕੇ ਰੰਗ ਪਹਿਨੋ ਤੇ ਦੂਸਰਾ ਚੰਦਰ ਰਾਹੂ ਦੇ ਗ੍ਰਹਿਣ ਯੋਗ ਤੇ ਇੱਕ ਨਾਰੀਅਲ ਲੈ ਕੇ ਤੁਸੀਂ ਭੋਲੇਨਾਥ ਦੇ ਮੰਦਰ ਚੜਾ ਸਕਦੇ ਹੋ, ਸ਼ੁਭ ਫਲ ਮਿਲੇਗਾ। ਸ਼ਨੀ ਦਾ ਵੀ, ਕਿਉਂਕਿ ਪਾਣੀ ਹੁੰਦਾ ਨਾਰੀਅਲ ਦੇ ਅੰਦਰ ਦਾ, ਚੰਦਰ ਦਾ ਤੇ ਚੰਦਰ ਰਾਹੂ ਦਾ, ਸ਼ੁਭ ਫਲ ਲੈਣ ਦੇ ਲਈ ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7 ਨੰਬਰ। ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਾ, ਸਿਤਾਰਿਆਂ ਦੇ ਹਿਸਾਬ ਨਾਲ ਚੰਦਰ ਦੂਸਰੇ ਸਥਾਨ ਵਿੱਚ ਹੈ, ਚਾਰ ਗ੍ਰਹਿ ਬੈਠੇ ਆ ਦੂਸਰੇ ਧਨ ਸਥਾਨ ਵਿੱਚ, ਜੋ ਕਿ ਧਨ ਕੰਮ ਕਾਰ ਲਈ ਚੰਗੇ, ਕਾਰੋਬਾਰ ਲਈ ਚੰਗੇ, ਬਿਜ਼ਨਸ ਲਈ ਚੰਗੇ, ਦਿੱਤੀ ਗਈ ਐਡਵਾਈਸ ਲਈ ਚੰਗੇ। ਨਾਲ ਹੀ ਸ਼ਨੀ ਦਾ ਲਗਨ ਵਿੱਚ ਬੈਠਣਾ ਤੇ ਸੂਰਜ ਨੂੰ ਦੇਖਣਾ ਥੋੜਾ ਜੋੜਾਂ 'ਚ ਦਰਦ ਦੇ ਰਿਹਾ, ਸਿਹਤ ਲਈ ਸਿਤਾਰੇ ਥੋੜੇ ਢਿੱਲੇ ਆ। ਧਨ ਕੰਮ ਕਾਰ ਬਿਜ਼ਨਸ ਠੀਕ ਠਾਕ ਜਾਏਗਾ, ਕੋਈ ਨੁਕਸਾਨ ਨਹੀਂ ਹੋਏਗਾ। ਇੱਕ ਦੁੱਧ ਦਾ ਪੈਕਟ ਤੁਸੀਂ ਮੰਦਰ ਰੱਖ ਸਕਦੇ ਹੋ ਜਾਂ ਕਿਸੇ ਕੰਜਕ ਨੂੰ, ਕਿਸੇ ਜ਼ਰੂਰਤਮੰਦ ਲੜਕੀ ਨੂੰ ਦੇ ਸਕਦੇ ਹੋ। ਤਾਂ ਹੋਰ ਤੁਸੀਂ ਇੱਕ ਉਪਾਅ ਜ਼ਰੂਰ ਕਰਨਾ, ਕੇਸਰ ਮੱਥੇ 'ਤੇ ਲਗਾ ਲੈਣਾ। ਦਿਨ ਅੱਛਾ ਜਾਏਗਾ, ਜੋ ਬਰਾਊਨ ਕਲਰ ਹੈ ਉਹ ਤੁਹਾਡਾ ਸ਼ੁਭ ਰਹੇਗਾ ਤੇ ਸ਼ੁਭ ਨੰਬਰ ਰਹੇਗਾ 15। ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਚਾਰ ਗ੍ਰਹਿਾਂ ਦੀ ਜੁੱਤੀ ਲੱਗਣ ਵਿੱਚ ਜੋ ਥੋੜੀ ਸਿਹਤ ਤੇ ਸਿਰ ਵਿੱਚ ਦਰਦ ਦਿੱਤਾ, ਥੋੜੀ ਪਰੇਸ਼ਾਨੀ ਸਿਹਤ ਵੱਲੋਂ ਤੁਹਾਨੂੰ ਵੀ ਰਹੀ। ਵਾਣੀ ਦਾ ਤੱਤਾਪਣ ਜੋ ਹੈ ਉਹ ਥੋੜੇ ਰਿਸ਼ਤਿਆਂ ਨੂੰ ਖਰਾਬ ਕਰ ਰਿਹਾ ਤੇ ਇਸ ਕਰਕੇ ਵਾਣੀ 'ਚ ਮਿਠਾਸ ਰੱਖਣੀ ਹੈ ਉਹ ਜ਼ਿਆਦਾ ਜ਼ਰੂਰੀ ਹੈ। ਚੰਦਰ ਸ਼ਾਮ ਨੂੰ ਇੱਥੋਂ ਨਿਕਲ ਕੇ ਸ਼ੁੱਕਰ ਨਾਲ ਜੁੱਤੀ ਬਣਾਏਗਾ, ਪੈਸਾ ਆ ਜਾਏਗਾ, ਬਿਜ਼ਨਸ ਲਈ ਕੰਮ ਕਰ ਲਈ ਰਸਤੇ ਨਵੇਂ ਖੁੱਲ੍ਹਣਗੇ, ਤਾਂ ਉਹਦੇ ਲਈ ਤਾਂ ਸਿਤਾਰੇ ਸ਼ੁਭ ਨੇ। ਪਰ ਗੁੱਸੇ ਤੇ ਕੰਟਰੋਲ ਰੱਖੋ, ਸਵੇਰ ਤੋਂ ਪਾਣੀ ਦੀ ਕੁਰਲੀ ਤੇ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨ ਤੇ ਚੰਦਰ ਲੱਗਣ ਵਿੱਚ ਸ਼ੁਭ ਫਲ ਦੇ ਜਾਏਗਾ। ਸ਼ੁਭ ਨੰਬਰ ਅੱਜ ਤੁਹਾਡਾ 12 ਰਹੇਗਾ ਤੇ ਸ਼ੁਭ ਰੰਗ ਰਹੇਗਾ ਪੀਲਾ। ਇਹ ਸੀ ਜੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਗ੍ਰਹਿ ਗੋਚਰ, ਨਕਸ਼ਤਰ, ਗ੍ਰਹਿਾਂ ਦੀ ਦ੍ਰਿਸ਼ਟੀ, ਇਹਨਾਂ ਦੀ ਸਥਿਤੀ ਦੇ ਮੁਤਾਬਕ ਆਪਾਂ ਚਰਚਾ ਕੀਤੀ। ਨਾਲ ਹੀ ਵਾਸਤੂ ਦੇ ਮੁਤਾਬਕ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਤਾਂ ਕਿ ਘਰ ਦਾ ਔਰਾ ਸਹੀ ਹੋ ਸਕੇ ਤੇ ਇਸ ਦੀ ਐਨਰਜੀ ਵੀ ਤੁਹਾਨੂੰ ਸ਼ੁਭ ਮਿਲੇ। ਕਿਸਮਤ ਦੇ ਸਿਤਾਰੇ ਉਦੋਂ ਹੀ ਚਮਕਦੇ ਆ ਜਦੋਂ ਸਾਨੂੰ ਸਹੀ ਦਿਸ਼ਾ ਮਿਲਦੀ ਹੈ ਤੇ ਸਹੀ ਦਿਸ਼ਾ ਸਾਨੂੰ ਦਿਸ਼ਾਵਾਂ ਹੀ ਦਿੰਦੀਆਂ। ਅੱਛੇ ਰਿਲੇਸ਼ਨ ਲਈ, ਅੱਛੇ ਸੰਬੰਧਾਂ ਲਈ, ਨੇਮ ਫੇਮ ਲਈ ਪੂਰਬ ਦਿਸ਼ਾ ਦਾ ਖੁੱਲ੍ਹਾ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ। ਅਗਰ ਫਿਰ ਵੀ ਕਿਸੇ ਤਰ੍ਹਾਂ ਨਾਲ ਕੋਈ ਪਰੇਸ਼ਾਨੀ ਆ ਰਹੀ ਹੋਵੇ ਤਾਂ ਤੁਸੀਂ ਪੂਰਬ ਦਿਸ਼ਾ ਦੇ ਵਿੱਚ ਫਲਾਂ ਤੇ ਫੁੱਲਾਂ ਵਾਲੇ ਬੂਟੇ, ਛੋਟੇ ਬੂਟੇ ਲਗਾ ਸਕਦੇ ਹੋ ਜੋ ਕਿ ਸੂਰਜ ਦੀ ਰੋਸ਼ਨੀ ਨੂੰ ਨਾ ਰੋਕਣ, ਪਰ ਉਸ ਜਗ੍ਹਾ ਤੇ ਬੁੱਧ ਦਾ ਕਾਇਮ ਹੋਣਾ, ਮਤਲਬ ਪੌਦਿਆਂ ਦਾ ਲਗਾਉਣਾ ਬੜਾ ਸ਼ੁਭ ਮੰਨਿਆ ਜਾਂਦਾ। ਜ਼ਰੂਰੀ ਨਹੀਂ ਹੈ ਗਮਲਿਆਂ 'ਚ ਹੀ ਲਗਾਉਣਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਘਰ ਦੇ ਬਾਹਰ ਹੀ ਲਗਾਉਣੇ, ਕਿਤੇ ਵੀ ਲਗਾ ਸਕਦੇ ਹੋ, ਪਰ ਪੂਰਬ ਦਿਸ਼ਾ 'ਚ ਲਗਾਓ, ਰੋਜ਼ ਉਸਨੂੰ ਪਾਣੀ ਦਿਓ। ਚੰਦਰ ਬੁੱਧ ਨਾਲ ਹੀ ਅੱਛੇ ਹੋ ਜਾਂਦੇ ਆ ਤੇ ਅੱਛੇ ਲੋਕਾਂ ਨਾਲ ਸੰਬੰਧ ਵਧਣ ਤੇ ਕਾਫੀ ਜ਼ਿਆਦਾ ਫਾਇਦਾ, ਤੁਹਾਡੀ ਮਿਹਨਤ ਨੂੰ ਕਹਿੰਦੇ ਆ ਨਾ ਚਾਰ ਚੰਦ ਲੱਗਣੇ, ਬਸ ਉਹ ਹੀ ਲੱਗ ਜਾਂਦੇ। ਠੀਕ ਹੈ ਸੀ ਜੀ ਵਾਸਤੂ ਟਿਪ, ਸਮਾਂ ਇਜਾਜ਼ਤ ਦਾ, ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ ਤੇ ਮਿੰਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।